सर सानू अज जो पानी टैंकी साड़ी सत्त कैंडीडेट जिहड़ी है पंजाब सरकार ने जो मौजूदा आम आदमी सरकार ने इन एज हालात बनाते कि पंजाब दे विच बेरोजगारां नू पानी दी टैंकियां उत्ते चढ़न लई मजबूर करता रुजगार प्राप्त करन लई। इह साडा मामला 2016 दी जो पेंडिंग भर्ती है उस नू लैके है। तो पंजाब सरकार ने आपदे चोण मैनीफेस्टो विच बहुत बहुत वादे वड्डे वड्डे वादे कीते सी कि जो साडी सरकार आऊगी आम लोकां दी सरकार होगी ते आम लोकां दे अधिकारां दी गल कीती जाऊगी। जो धरने लग रहे है जो अकाली सरकार वेले जां कांग्रेस सरकार वेले उह धरनियां नू पहल दे आधार ते क्लीयर कीता जाऊगा। सीएम साहब चोण मैनीफेस्टो विच सानू इलैक्शन तों पहलां आप खुद मिले सी, साडे कोल मंग पत्र लिया कि जदों भी मैं सीएम बन गया सीएम बनूंगा उस तो पहला हरा पेन थोड़ी 2016 की पेंडिंग भर्ती नू लैके चलूगा। हुण सर सानू लगभग इत्थे एक मंथ हो गया, एक मंथ असीं पहलां ला के ऐसे टैंकी साडे कैंडीडेट चढ़े सी, सीएम साहब ने आश्वासन दिता सी कि तुहानूं ज्वाइनिंग लैटर अलाट किए जाएंगे, पर वो एक महीना सीएम साहब ने गल्लां बातां भी लगाता, फिर उस तो बाद असीं एक महीने तो फिर लगातार इत्थे प्रोटेस्ट करते आ रहे हैं। कुड़ियां सानू हिदायत दी है कि जदों तक प्रशासन जां सरकार साडियां मंगां नहीं मनदी ज्वाइनिंग लैटर अलाट नहीं करदी उन्ने तक उह थल्ले नहीं आउणगे। बकायदा कुड़ियां कोल पेट्रोल दीआं बोतलां है ਉਹ ਜ਼ਿਆਦਾ ਕਹਿੰਦੇ ਸਾਡੀਆਂ ਲਾਸ਼ਾਂ ਥੱਲੇ ਆਉਣਗੀਆਂ ਜਾਂ ਸਾਨੂੰ ਜੁਆਇਨਿੰਗ ਲੈਟਰ ਅਲਾਟ ਕੀਤੇ ਜਾਣ। ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਖਮੰਦਰ ਸਿੰਘ ਹੈ ਜੀ, ਫਰੀਦਕੋਟ ਤੋਂ ਬਿਲੋਂਗ ਕਰਦਾ। ਕਿੰਨੇ ਸਮੇਂ ਤੋਂ ਤੁਸੀਂ ਕਿੱਥੇ ਪੱਕਾ ਮੋਰਚਾ ਲਾਇਆ? ਮੋਰਚਾ ਸਾਡਾ ਚੱਲਦਾ ਰਿਹਾ ਜੀ ਪਿਛਲੇ 6 ਸਾਲਾਂ ਤੋਂ, ਜਦੋਂ ਅਕਾਲੀ ਸਰਕਾਰ ਸੀ, ਅਕਾਲੀ ਸਰਕਾਰ ਤੋਂ ਬਾਅਦ ਫਿਰ ਕਾਂਗਰਸ ਸਰਕਾਰ ਆਈ, ਕਾਂਗਰਸ ਸਰਕਾਰ ਨੇ ਆਪਣਾ ਮੁੱਖ ਮੰਤਰੀ ਬਦਲਿਆ, ਚੰਨੀ ਸਰਕਾਰ ਆਈ, ਚੰਨੀ ਸਰਕਾਰ ਤੋਂ ਬਾਅਦ ਹੁਣ ਆਪ ਸਰਕਾਰ ਆਈ, ਆਪ ਸਰਕਾਰ ਚੌਥਾ ਸੀਐਮ ਆ ਗਿਆ, ਪਰ ਸਾਡੀ ਭਰਤੀ ਨੂੰ ਹਜੇ ਤੱਕ ਕੋਈ ਹਰੀ ਝੰਡੀ ਨਹੀਂ ਮਿਲੀ ਹੈ, ਕੋਈ ਕਲੋਜ਼ਿੰਗ ਇਹਦੀ ਨਹੀਂ ਹੋਈ ਹੈ। ਅਸੀਂ ਸੰਗਰੂਰ 'ਚ ਸਰ ਨੂੰ ਪਹਿਲਾਂ ਅਸੀਂ ਇੱਥੇ ਮੋਰਚਾ ਲਾਇਆ ਸੀ, ਇਸੇ ਜਗ੍ਹਾ 'ਤੇ ਇਸੇ ਟੈਂਕੀ ਦੇ ਉੱਤੇ ਅਸੀਂ ਚੜ੍ਹੇ ਸੀ, ਉਦੋਂ ਅਸੀਂ 7 ਦਿਨ ਉੱਪਰ ਰਹੇ ਸੀ। ਉਸ ਤੋਂ ਬਾਅਦ ਸਾਡੀ ਸੀਐਮ ਸਰ ਨਾਲ ਮੀਟਿੰਗ ਹੋਈ 8 ਤਰੀਕ ਨੂੰ, ਅਤੇ 8 ਤਰੀਕ ਨੂੰ ਉਹਨਾਂ ਨੇ ਆਸ਼ਵਾਸਨ ਦਵਾਇਆ ਵੀ ਇੱਕ ਮੰਥ ਦੇ ਬਾਅਦ ਅਸੀਂ ਤੁਹਾਨੂੰ ਕਲੀਅਰ ਕਰ ਦਾਂਗੇ, ਅਤੇ ਅੱਜ ਇੱਕ ਮੰਥ ਹੋਣ ਤੋਂ ਬਾਅਦ ਅਸੀਂ ਫਿਰ ਦੁਬਾਰਾ ਉਹਨਾਂ ਦਾ ਦਰਵਾਜ਼ਾ ਖੜਕਾਇਆ, ਉਹਨਾਂ ਦੇ ਦਰਵਾਜ਼ੇ ਦੇ ਬਾਹਰ ਅਸੀਂ ਫਿਰ ਦੁਬਾਰਾ ਆਪਦਾ ਟੈਂਟ ਲਾਇਆ, ਉੱਥੇ ਅਸੀਂ ਇੱਕ ਮੰਥ ਤੋਂ ਫਿਰ ਦੁਬਾਰਾ ਪ੍ਰੋਟੈਸਟ ਕਰ ਰਹੇ ਹਾਂ, ਪਰ ਸਾਨੂੰ ਹਜੇ ਤੱਕ ਕੋਈ ਉਹਨਾਂ ਵੱਲੋਂ ਨਾ ਤਾਂ ਦੁਬਾਰਾ ਮੀਟਿੰਗ ਕਰਵਾਈ ਗਈ ਅਤੇ ਨਾ ਹੀ ਸਾਨੂੰ ਕੁਛ ਜੁਆਇਨਿੰਗ ਲੈਟਰ ਮਿਲਿਆ ਜੀ। ਕੁੜੀਆਂ ਚੜ੍ਹੀਆਂ ਹੋਣ ਵੀ ਆ ਕੇ ਮਿਲਿਆ ਤੁਹਾਨੂੰ? ਨਹੀਂ ਹਜੇ ਤੱਕ ਤਾਂ ਕੋਈ ਵੀ ਨਹੀਂ ਆਇਆ, ਇਕੱਲਾ ਪੁਲਿਸ ਪ੍ਰਸ਼ਾਸਨ ਦੇ ਐਸਪੀ ਸਾਹਿਬ ਚੀਮਾ ਸਾਹਿਬ ਆਏ ਸੀਗੇ, ਹੋਰ ਕੋਈ ਨਹੀਂ ਆਇਆ ਜੀ। ਉਹਨਾਂ ਨੇ ਸਾਨੂੰ ਇਹੀ ਕਿਹਾ ਵੀ ਆਪਣੇ ਨਾਮ ਅਤੇ ਫੋਨ ਨੰਬਰ ਨੋਟ ਕਰਾ ਦਿਓ ਵਗੈਰਾ ਵਗੈਰਾ, ਸਾਰਾ ਕੁਛ ਨੋਟ ਕਰਕੇ ਸਾਡਾ ਲੈ ਗਏ, ਹੋਰ ਤਾਂ ਕੁਛ ਉਹਨਾਂ ਨੇ ਕਿਹਾ ਨਹੀਂ ਵੀ ਅਸੀਂ ਤੁਹਾਡੀ ਮੀਟਿੰਗ ਦਾ ਅਰੇਂਜ ਕਰਾ ਦੇ। ਕੀ ਕਹਿ ਰਹੇ ਹੋ ਤੁਸੀਂ ਕੁੜੀਆਂ, ਕੀ ਕਹਿ ਰਹੀਆਂ ਨੇ? ਕੁੜੀਆਂ ਦਾ ਬਸ ਇਹੀ ਕਹਿ ਰਹੀਆਂ ਕਿ ਸਾਡੀ ਜਲਦ ਤੋਂ ਜਲਦ ਮੀਟਿੰਗ ਕਰਵਾਈ ਜਾਵੇ ਜਾਂ ਸਾਡਾ ਹੱਲ ਕੀਤਾ ਜਾਵੇ ਤਾਂ ਅਸੀਂ ਥੱਲੇ ਆਉਣ ਜੋਗੀਆਂ ਹੋਈਏ। ਸਾਨੂੰ ਰੋਜ਼ ਆਪਣੇ ਮਾਂ ਪਿਓ ਦੇ ਫੋਨ ਆਉਂਦੇ ਨੇ, ਅਸੀਂ ਆਪਣੇ ਮਾਂ ਪਿਓ ਨੂੰ ਘਰੇ ਕੀ ਜਵਾਬ ਦਈਏ, ਇਸ ਤੋਂ ਤੰਗ ਹੋ ਕੇ ਉਹ ਵੀ ਅਸੀਂ ਘਰੇ ਵੀ ਕੁਛ ਜਵਾਬ ਦੇਣਾ, ਸਾਨੂੰ ਇੰਨਿਆਂ ਦਿਨ ਹੋ ਗਿਆ, 8 ਮੰਥ ਹੋ ਗਏ ਸਾਨੂੰ ਜੀ ਘਰੋਂ ਨਿਕਲਿਆਂ ਨੂੰ, ਸਾਡਾ ਸਰਕਾਰਾਂ ਨੇ ਕੋਈ ਗੱਲ ਨਹੀਂ ਸੁਣੀ। ਉਦੋਂ ਹੀ ਆਉਣਗੇ ਜਦੋਂ ਸਾਡਾ ਕੋਈ ਹੱਲ ਕੀਤਾ ਗਿਆ ਕਿਸੇ ਪਾਸੇ, ਜਾਂ ਜੁਆਇਨਿੰਗ ਮਿਲੀ ਸਾਨੂੰ, ਜਾਂ ਕਿਸੇ ਪਾਸੇ ਸਾਨੂੰ ਰੋਜ਼ਗਾਰ ਮਿਲਿਆ ਤਾਂ ਹੀ ਉਹ ਨੀਚੇ ਆਉਣਗੇ, ਨਹੀਂ ਤਾਂ ਉਹਨਾਂ ਦੇ ਹੱਥ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਨੇ ਵੀ ਜੇ ਵੀ ਕੋਈ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ।